ਲਾਪਤਾ ਹੋਏ ਬੱਚੇ ਦਾ ਹਾਲੇ ਤੱਕ ਕੋਈ ਥੌ ਪਤਾ ਨਹੀਂ ਲੱਗਿਆ। 1 ਮਹੀਨਾ 10 ਦਿਨ ਬੀਤ ਚੁੱਕੇ ਨੇ। ਪੁਲਿਸ ਦੇ ਹੱਥ ਹਾਲੇ ਵੀ ਖਾਲੀ ਨੇ। ਰੋਹ ਦੇ ਵਿੱਚ ਆ ਕੇ ਅੱਜ ਪਰਿਵਾਰ ਵਾਲਿਆਂ ਦੇ ਵੱਲੋਂ SDM ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਹਾਲੇ ਤੱਕ ਉਹਨਾਂ ਦੇ ਪੁੱਤ ਦਾ ਕੁਝ ਵੀ ਪਤਾ ਨਹੀਂ ਲੱਗਿਆ। 1 ਮਹੀਨਾ 10 ਦਿਨ ਉਸ ਨੂੰ ਘਰੋਂ ਗਿਆ ਹੋ ਚੁੱਕੇ ਨੇ। ਤਾਂ ਭੇਤ ਭਰੇ ਹਾਲਾਤਾਂ ਦੇ ਵਿੱਚ ਇਹ ਬੱਚਾ ਲਾਪਤਾ ਹੋਇਆ, 28 ਜੂਨ ਤੋਂ ਲਾਪਤਾ ਹੈ। ਫਿਕਰਾਂ ਦੇ ਵਿੱਚ ਸਾਰਾ ਪਰਿਵਾਰ ਡੁੱਬਿਆ ਹੋਇਆ ਨੰਗਲ ਦਾ ਇਹ ਪੂਰਾ ਮਾਮਲਾ ਹੈ। ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇਸ ਪਰਿਵਾਰ ਦੀ ਮਦਦ ਕਰੋ ਤਾਂ ਜੋ ਇਹਨਾਂ ਦਾ ਮਾਸੂਮ ਬੱਚਾ ਇਹਨਾਂ ਨੂੰ ਮਿਲ ਸਕੇ। ਪਰਿਵਾਰ ਨੇ ਕਿਹਾ ਕਿ ਜੋ ਵੀ ਉਹਨਾਂ ਦੇ ਪੁੱਤ ਦੀ ਜਾਣਕਾਰੀ ਦੇਵੇਗਾ ਉਸ ਨੂੰ 10,000 ਦਾ ਇਨਾਮ ਦਿੱਤਾ ਜਾਵੇਗਾ। ਤਾਂ ਦੂਜੇ ਬੰਨੇ SDM ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਧਿਆਨ ਦੇ ਵਿੱਚ ਇਹ ਅੱਜ ਹੀ ਮਾਮਲਾ ਆਇਆ ਹੈ, ਤਾਂ ਪੁਲਿਸ ਦੇ ਨਾਲ ਸੰਪਰਕ ਸਾਧ ਕੇ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਔਰ ਮਾਸੂਮ ਬੱਚੇ ਨੂੰ ਲੱਭਿਆ ਜਾਵੇਗਾ। ਤਾਂ 1 ਮਹੀਨਾ 10 ਦਿਨਾਂ ਤੋਂ ਇਹ ਮਾਸੂਮ ਬੱਚਾ ਲਾਪਤਾ ਹੈ, ਇਸ ਦੀ ਕੋਈ ਉੱਗ ਸੁੱਗ ਨਹੀਂ ਨਿਕਲੀ। ਫਿਕਰਾਂ ਦੇ ਵਿੱਚ ਸਾਰਾ ਪਰਿਵਾਰ ਡੁੱਬਿਆ ਹੋਇਆ, ਦੁਖੀ ਹੋ ਕੇ ਉਹਨਾਂ ਨੇ SDM ਦਫ਼ਤਰ ਦੇ ਬਾਹਰ ਧਰਨਾ ਦੇ ਦਿੱਤਾ। ਲਗਭਗ 1 ਮਹੀਨਾ 9 ਦਿਨ ਬੀਤ ਜਾਣ ਤੋਂ ਬਾਅਦ ਇਹ ਜਿਹੜਾ ਪਰਿਵਾਰ ਅੱਜ ਜਿਸਨੇ ਆਪਣੇ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਜਿਹੜੀ ਥਾਣਾ ਨੰਗਲ ਵਿਖੇ ਵੀ ਦਰਜ ਕਰਵਾਈ ਸੀ, ਪਰ ਅੱਜ ਤੱਕ ਇਹਨਾਂ ਨੂੰ ਆਪਣੇ ਬੱਚੇ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਇਹਨਾਂ ਨੇ ਨਹਿਰਾਂ ਦੇ ਉੱਪਰ ਜਾ ਕੇ ਵੀ ਪੁੱਛ ਪੜਤਾਲ ਕੀਤੀ, ਜਦਕਿ ਕੋਈ ਡੈੱਡ ਬੋਡੀ ਇਹਨਾਂ ਨੂੰ ਹਾਲੇ ਤੱਕ ਨਹੀਂ ਮਿਲੀ ਹੈਗੀ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜੇ ਬੱਚਾ ਜਿਹੜਾ ਉਹ ਕਿਤੇ ਨਾ ਕਿਤੇ ਹੈ, ਔਰ ਨੰਗਲ ਦੇ ਲੋਕਾਂ ਨੇ ਵੀ ਇਸ ਬੱਚੇ ਨੂੰ ਜਿਹੜਾ ਦੇਖਿਆ। ਇਹ ਪਰਿਵਾਰ ਥਾਣੇ ਦੇ ਚੱਕਰ ਲਗਾ ਰਿਹਾ ਸੀ, ਉਸ ਤੋਂ ਬਾਅਦ ਜਿਹੜਾ ਅੱਜ ਇਹ ਪਰਿਵਾਰ SDM ਦਫ਼ਤਰ ਦੇ ਅੱਗੇ ਜਿਹੜਾ ਬੈਠਾ ਹੈ, ਅਤੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਅਤੇ ਅਸੀਂ ਵੀ ਇਹਨਾਂ ਦੀ ਮਦਦ ਲਈ ਜਿਹੜੇ ਇੱਥੇ ਭੀਮ ਰਾਓ ਕ੍ਰਾਂਤੀ ਸੈਨਾ ਵੱਲ ਪਹੁੰਚੇ ਹਾਂ, ਅਤੇ ਅਸੀਂ ਇਹਨਾਂ ਦੀ ਹਰ ਸੰਭਵ ਮਦਦ ਕਰਨ ਲਈ ਨਾਲ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਰਹਾਂਗੇ। ਔਰ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਬੱਚੇ ਨੂੰ ਲੱਭਣ ਦੇ ਵਿੱਚ ਆਪਣਾ ਪੂਰਨ ਯੋਗਦਾਨ ਦੇਣ, ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਜਾਂ ਪ੍ਰਸ਼ਾਸਕ ਸਾਹਿਬ। ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਸੰਗਠਨ ਵੱਲੋਂ ਕਿ ਇਹ ਜਿਹੜੇ ਬਹੁਤ ਦੇਰ ਤੋਂ ਪਰੇਸ਼ਾਨ ਪਰਿਵਾਰ ਹੈ, ਲਗਭਗ 1 ਮਹੀਨਾ 9 ਦਿਨ ਜਿਹੜੇ ਬੀਤ ਚੁੱਕੇ ਹੈ, ਹਾਲੇ ਤੱਕ ਇਹਨਾਂ ਨੂੰ ਆਪਣੇ ਬੱਚੇ ਬਾਰੇ ਪਤਾ ਨਹੀਂ ਲੱਗ ਸਕਿਆ। ਸੋ ਅੱਜ ਇਹਨਾਂ ਨੂੰ ਇਸ ਕਰਕੇ ਜਿਹੜਾ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਇਹ ਆਪਣਾ ਸੁਨੇਹਾ ਜਾਂ ਆਪਣਾ ਮੈਸੇਜ ਭੇਜਣ ਦੇ ਲਈ ਜਿਹੜਾ SDM ਇੱਥੇ ਕੋਰਟ ਦੇ ਵਿੱਚ ਬੈਠਣਾ ਪਿਆ। ਤਾਂ ਇਸ ਤੋਂ ਬਾਅਦ ਜਿਹੜਾ ਵੀ ਅਗਲਾ ਕੋਈ ਵੀ ਕਦਮ ਹੋਵੇਗਾ ਭੀਮ ਰਾਓ ਕ੍ਰਾਂਤੀ ਸੈਨਾ ਵੱਲੋਂ, ਅਸੀਂ ਇਸ ਪਰਿਵਾਰ ਦੇ ਨਾਲ ਬਿਲਕੁਲ ਨਾਲ ਖੜ੍ਹੇ ਹਾਂ। ਮੇਰਾ ਨਾਮ ਵਿੱਕੀ ਹੈ ਔਰ ਇਹ ਲੜਕਾ ਮੇਰਾ ਆਸ਼ੀਸ਼ ਜੋ 1 ਮਹੀਨਾ 8 ਦਿਨ ਸੇ ਗੁੰਮ ਹੈ। ਤੋ ਮੈਂ ਨੰਗਲ ਵਾਸੀਓ ਸੇ ਯਹੀ ਪ੍ਰਾਰਥਨਾ ਕਰਤਾ ਹੂੰ ਕਿ ਆਪ ਮੇਰਾ ਪੂਰਾ ਸਾ ਪੂਰਾ ਸਹਿਯੋਗ ਦੇ, ਪੂਰਾ ਸਪੋਰਟ ਕਰੇ ਕਿ ਇਹ ਲੜਕਾ ਮੁਝੇ ਕਿਸੀ ਵੀ ਦੁਆਰਾ ਮਾਧਿਅਮ ਸੇ ਮਿਲੇ ਔਰ ਕੰਟੈਕਟ ਨੰਬਰ ਮੈਨੇ ਨੀਚੇ ਦੇ ਰੱਖਾ ਹੈ। ਬੋਲੋ ਆਪਣਾ ਕੰਟੈਕਟ ਨੰਬਰ। 7082794155। ਧੰਨਵਾਦ। ਮੇਰੇ ਧਿਆਨ ਦੇ ਵਿੱਚ ਅੱਜ ਪਹਿਲੀ ਵਾਰੀ ਆਇਆ ਇਹ ਮਸਲਾ ਹੈ, ਪਹਿਲੀ ਵਾਰੀ ਅੱਜ ਤਹਿਸੀਲ ਕੰਪਲੈਕਸ ਆਏ ਨੇ, ਅਤੇ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਬੱਚਾ ਇਹਨਾਂ ਦਾ 28 ਜੂਨ ਤੋਂ ਲਾਪਤਾ ਹੈ, ਇਹਨਾਂ ਵੱਲੋਂ ਕਲੇਮ ਕੀਤਾ ਜਾ ਰਿਹਾ ਕਿ ਬੱਚਾ ਜ਼ਿੰਦਾ ਹੈ। ਸੋ ਉਸ ਨੂੰ ਲੈ ਕੇ ਇਹ ਮੁੜ ਤਫਤੀਸ਼ ਚਾਹੁੰਦੇ ਨੇ, ਜਦਕਿ ਦੇਰ ਆਰ ਚਾਂਸਿਸ ਕਿ ਬੱਚਾ ਪਾਣੀ ਦੇ ਵਿੱਚ ਡਰਾਊਨ ਕਰ ਗਿਆ ਹੋਏ। ਸੋ ਇਸ ਦੇ ਪੂਰੇ ਕਮੈਂਟਸ ਪੁਲਿਸ ਵੱਲੋਂ ਦਿੱਤੇ ਜਾ ਸਕਦੇ ਨੇ, ਪੁਲਿਸ ਨੂੰ ਦੁਬਾਰਾ ਤੋਂ ਸੈਂਸੀਟਾਈਜ਼ ਕਰ ਦਿੱਤਾ ਗਿਆ ਫੈਕਟਸ ਦੇ ਬਾਰੇ 'ਚ, ਅਤੇ ਐਨ ਇਨਕੁਆਇਰੀ ਵਿਲ ਬੀ ਰੀਓਪਨਡ ਬੇਸਡ ਔਨ ਦ ਫੈਕਟਸ ਔਰ ਦ ਨਿਊ ਇਨਫੋਰਮੇਸ਼ਨ ਜਿਹੜੀ ਇਹਨਾਂ ਨੇ ਦਿੱਤੀ ਹੈ।